ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਅਸਲਾਮ ਵਾਲੇਕੁਮ। ਮੈਂ ਆਪਕਾ ਦੋਸਤ ਕਮਲਨੈਨ ਵਰਮਾ, ਜੈਸਾ ਕਿ ਆਪ ਪਹਿਲੇ ਸੇ ਮੁਝੇ ਜਾਣਤੇ ਹੈਂ। ਹਮਾਰਾ ਯੂਟਿਊਬ ਪਰ ਚੈਨਲ ਹੈ ਮੁਲਤਾਨੀ ਬੋਲ, ਜਿਸਮੇ ਹਮਨੇ ਆਜ ਤੱਕ ਲਗਭਗ 40 ਮੁਲਤਾਨੀ ਫਿਲਮੇ ਡਾਲੀ ਹੈ, ਔਰ ਇੱਕ ਫਿਲਮ ਹਮਨੇ ਹਰਿਆਣਵੀ ਭਾਸ਼ਾ ਮੇਂ ਵੀ ਡਾਲੀ ਹੈ, ਜਿਸਕਾ ਨਾਮ ਹੈ ਤਾਊ ਝਗੜੂ। ਲੇਕਿਨ ਅਬ ਹਮ ਇੱਕ ਨਯਾ ਪ੍ਰਯਾਸ ਸ਼ੁਰੂ ਕਰਨੇ ਜਾ ਰਹੇ ਹੈਂ, ਇੱਕ ਨਈ ਫਿਲਮ ਬਣਾਨੇ ਜਾ ਰਹੇ ਹੈਂ। ਉਹ ਯੇ ਹਿੰਦੀ ਕੀ ਫਿਲਮ ਹੈ, ਹਿੰਦੀ ਭਾਸ਼ਾ ਕੀ ਫਿਲਮ ਹੈ, ਤਾਂ ਕਿ ਹਮਾਰੇ ਹਿੰਦੁਸਤਾਨ ਕੇ ਸਭੀ ਲੋਕ ਇਸ ਫਿਲਮ ਕਾ ਇੰਜੋਏ ਕਰ ਸਕੇ। ਇੱਕ ਸ਼ੋਰਟ ਮੂਵੀ ਹੈ, ਔਰ ਇਸ ਫਿਲਮ ਕਾ ਨਾਮ ਹੈ ਘਰ ਕੀ ਲਕਸ਼ਮੀ। ਪਹਿਲੀ ਵਾਰ ਹਮਨੇ ਇਸ ਫਿਲਮ ਮੇਂ ਇੱਕ ਰੋਮਾਂਟਿਕ ਗੀਤ ਡਾਲਾ ਹੈ, ਔਰ ਇਸ ਫਿਲਮ ਮੇਂ ਮੇਰੇ ਇਲਾਵਾ ਔਰ ਵੀ ਢੇਰ ਸਾਰੇ ਕਲਾਕਾਰ ਆਪਕੋ ਦਿਖਾਈ ਦੇਂਗੇ। ਹਮਾਰੇ ਬੀਚ ਮੇਂ ਆਜ ਹਮਾਰੇ ਸਾਥ ਹੈ ਹਮਾਰੇ ਸਟੂਡੈਂਟ ਵੀ ਹੈ, ਅਮਿਸ਼ਰ ਹਿਮਾਸ਼ੂ ਚੁੱਪ, ਔਰ ਸਾਥ ਮੇਂ ਹੈ ਪ੍ਰਾਚੀ ਚੁਗ। ਤੋ ਪ੍ਰਾਚੀ ਚੁਗ ਹਮਾਰੀ ਇਸ ਫਿਲਮ ਮੇਂ ਲੀਡ ਰੋਲ ਮੇਂ ਹੈ, ਜਿਸਕਾ ਨਾਮ ਇਸ ਫਿਲਮ ਕੇ ਅੰਦਰ ਲਕਸ਼ਮੀ ਹੋਤਾ ਹੈ। ਔਰ ਯੇ ਫਿਲਮ ਥੋੜੀ ਸੀ ਦਹੇਜ ਕੋ ਲੇਕਰ ਹੈ, ਥੋੜੀ ਸੀ ਸੰਸਕਾਰੋਂ ਕੋ ਲੇਕਰ ਹੈ, ਔਰ ਇਸ ਫਿਲਮ ਕੀ ਜੋ ਸ਼ੂਟਿੰਗ ਹੈ ਵੋ ਇਫਿਲ ਗ੍ਰਾਂਡ ਹੋਟਲ ਮੇਂ ਹੋਗੀ, ਥੋੜੀ ਤਾਊ ਦੇਵੀਲਾਲ ਪਾਰਕ ਮੇਂ, ਥੋੜੀ ਇੱਕ ਜਿਮ ਕੇ ਅੰਦਰ ਹੈ ਸ਼ੂਟਿੰਗ, ਕੁਛ ਆਊਟਡੋਰ ਸ਼ੂਟਿੰਗ ਹੈ। ਔਰ ਮੈਂ ਉਮੀਦ ਕਰਤਾ ਹੂੰ ਕਿ ਯੇ ਫਿਲਮ ਆਪਕੋ ਪਹਿਲੇ ਕੀ ਤਰ੍ਹਾਂ ਬਹੁਤ ਹੀ ਗੁਦਗੁਦਾਏਗੀ, ਹਸਾਏਗੀ, ਸਾਥ ਮੇਂ ਯੇ ਫਿਲਮ ਆਪਕੋ ਮੈਸੇਜ ਦੇਗੀ। ਤੋ ਸਬਸੇ ਪਹਿਲੇ ਮੈਂ ਥੋੜਾ ਸਾ ਇੰਟਰੋਡਕਸ਼ਨ ਕਰਵਾਉਣਾ ਚਾਹੂੰਗਾ ਹਿਮਾਂਸ਼ੂ ਚੁੱਗ ਜੀ ਕਾ, ਔਰ ਸਾਥ ਸਾਥ ਪ੍ਰਾਚੀ ਚੁੱਗ ਜੀ ਕਾ। ਸਬਸੇ ਪਹਿਲੇ ਹਿਮਾਂਸ਼ੂ ਚੁੱਗ ਜੀ, ਥੋੜਾ ਸਾ ਆਪਣੇ ਬਾਰੇ ਮੇਂ ਆਪ ਬਤਾਨੇ ਕੀ ਕੋਸ਼ਿਸ਼ ਕਰੇਂ। ਹੈਲੋ ਗਾਇਸ, ਮੇਰਾ ਨਾਮ ਹਿਮਾਂਸ਼ੂ ਚੁੱਗ ਹੈ, ਔਰ ਮੈਂ 13-17 ਆਪਕੇ ਹੀ ਪਾਣੀਪਤ ਸੇ ਬਿਲੋਂਗ ਕਰਤਾ ਹੂੰ। 13-17 ਹੁੱਡਾ ਮੇਂ ਮੇਰਾ ਜਿਮ ਹੈ, ਔਰ ਕਮ ਹਮ ਸੋਸ਼ਲ ਮੀਡੀਆ ਪੇ ਵੀ ਕਾਫੀ ਐਕਟਿਵ ਹੈ, ਜਿਸ ਵਜ੍ਹਾ ਸੇ ਕਮਲ ਸਰ ਨੇ ਹਮੇ ਦੇਖਾ, ਹਮਾਰੀ ਵੀਡੀਓਜ਼ ਦੇਖੀ, ਔਰ ਹਮ ਲੋਕ ਜੈਸੇ ਕਾਫੀ ਵੀਡੀਓਜ਼ ਬਣਾਤੇ ਰਹਤੇ ਹੈ ਟਿਕਟੋਕ ਪਰ ਵੀ, ਉਸ ਵਜ੍ਹਾ ਸੇ ਕਮਲ ਸਰ ਨੇ ਹਮੇ ਮੌਕਾ ਦਿਆ ਕਿ ਆਪ ਇਸ ਰੋਲ ਕੇ ਲੀਏ ਫਿਟ ਬੈਠ ਸਕਤੇ ਹੈ, ਔਰ ਹਮ ਲੋਕ ਇਸ ਤਰ੍ਹਾਂ ਕੀ ਇੰਸਪਿਰੇਸ਼ਨਸ ਮੂਵੀ ਬਣਾ ਰਹੇ ਹੈ ਜੋ ਲੋਕੋ ਕੋ ਇੱਕ ਅੱਛਾ ਮੈਸੇਜ ਦੇਗੀ। ਤੋ ਹਮੇ ਵੀ ਬੜੀ ਅੱਛੀ ਲਗੀ ਇਨਕੀ ਸਕ੍ਰਿਪਟ ਔਰ ਰੋਲਸ, ਤੋ ਬਹੁਤ ਮਨ ਕੀਆ ਕਿ ਹਮ ਵੀ ਇਸ ਪੇ ਇੰਸਪਿਰੇਸ਼ਨ ਵੀਡੀਓਜ਼ ਬਣਾਏ ਆਪ ਲੋਕੋ ਕੇ ਲੀਏ, ਔਰ ਹੋਪਫੁਲੀ ਹਮ ਬਹੁਤ ਜਲਦੀ ਆਪ ਲੋਕੋ ਕੇ ਬੀਚ ਮੇਂ ਯੇ ਫਿਲਮ ਲੇਕਰ ਆਨੇ ਵਾਲੇ ਹੈ, ਔਰ ਕਮਲ ਸਰ ਕਾ ਸਾਥ ਰਹਾ ਤੋ ਆਗੇ ਵੀ ਔਰ ਵੀ ਆਪ ਲੋਕੋ ਕੇ ਲੀਏ ਹਮ ਫਿਲਮੇਂ ਲਾਤੇ ਰਹੇਂਗੇ, ਔਰ ਆਪ ਲੋਕ ਕੇ ਲੀਏ ਅੱਛਾ ਕਾਮ ਕਰਨੇ ਕੀ ਕੋਸ਼ਿਸ਼ ਕਰੇਂਗੇ। ਹਮਨੇ ਹਿਮਾਂਸ਼ੂ ਚੁੱਗ ਕੋ ਆਪਣੀ ਟੀਮ ਮੇਂ ਸ਼ਾਮਿਲ ਕੀਆ ਹੈ, ਐਕਚੁਅਲੀ ਇਨਕੀ ਕੁਛ ਹਮਨੇ ਐਕਟੀਵਿਟੀਜ਼ ਦੇਖੀ, ਜੈਸਾ ਕਿ ਇਨ੍ਹੋਂ ਨੇ ਖੁਦ ਵੀ ਬਤਾਨੇ ਕੀ ਕੋਸ਼ਿਸ਼ ਕੀ ਕਿ ਯੇ ਟਿਕਟੋਕ ਪਰ ਪ੍ਰਾਚੀ ਚੁੱਗ ਜੀ ਕੇ ਸਾਥ ਕਾਫੀ ਆਤੇ ਜਾਤੇ ਰਹਤੇ ਹੈ, ਔਰ ਮੇਰੇ ਕੋ ਇਨ੍ਹੋਂ ਨੇ ਇੱਕ ਦਿਨ ਫਿਲਮ ਦਿਖਾਈ ਆਪਣੀ, ਔਰ ਮੇਰੇ ਕੋ ਬੜਾ ਮਜ਼ਾ ਆਇਆ ਇਨਕੀ ਪ੍ਰਾਚੀ ਜੀ ਕੋ ਦੇਖ ਕਰ, ਔਰ ਇਨਕੋ ਦੇਖ ਕਰ ਜੋ ਇਹ ਅੱਛੀ ਅੱਛੀ ਐਕਟਿੰਗ ਕਰ ਰਹੇ ਥੇ, ਤੋ ਮੈਨੇ ਹੀ ਅਚਾਨਕ ਹੀ, ਕਿਉਂਕਿ ਮੈਨੇ ਤਾਂ ਫਿਲਮ ਬਣਾਨੀ ਥੀ, ਤੋ ਮੈਨੇ ਉਸਕੇ ਲੀਏ ਕਲਾਕਾਰੋਂ ਕੀ ਤਲਾਸ਼ ਮੇਂ ਵੀ ਥਾ, ਔਰ ਮੇਰੀ ਤਲਾਸ਼ ਯਹਾਂ ਆਕਰ ਸ਼ਾਇਦ ਪੂਰੀ ਹੋ ਗਈ ਹੈ, ਜਬ ਮੈਨੇ ਦੇਖਾ ਕਿ ਪ੍ਰਾਚੀ ਕੀ ਜੋ ਲੁੱਕ ਹੈ ਆਪ ਦੇਖ ਰਹੇ ਹੈ, ਬਿਲਕੁਲ ਮਾਡਲ ਲੁੱਕ ਹੈ, ਔਰ ਹਮਾਰੀ ਫਿਲਮ ਕੀ ਹੀਰੋਇਨ ਜੈਸੀ ਹੋਣੀ ਚਾਹੀਏ ਥੀ, ਵੈਸੀ ਲੜਕੀ ਮੁਝੇ ਮਿਲ ਗਈ ਹੈ, ਤੋ ਮੈਂ ਥੈਂਕਸ ਗੋਡ, ਭਗਵਾਨ ਕਾ ਵੀ ਸ਼ੁਕਰੀਆ ਅਦਾ ਕਰਤਾ ਹੂੰ ਕਿ ਪ੍ਰਾਚੀ ਜੀ ਨੇ ਆਪਣੀ ਹਾਂ ਵੀ ਕੀ ਹੈ, ਔਰ ਅੱਜ ਇਨਕੋ ਹਮਨੇ ਸਕ੍ਰਿਪਟ ਵੀ ਦੇ ਦੀਆ, ਥੋੜੀ ਸੀ ਇਨਕੋ ਤਿਆਰੀ ਵੀ ਕਰਵਾਈ ਹੈ, ਥੋੜਾ ਸਾ ਯੇ ਨਰਵਸ ਫੀਲ ਕਰ ਰਹੇ ਥੇ, ਲੇਕਿਨ ਮੈਨੇ ਇਨਕੋ ਕਹਾ ਕਿ ਹਮਾਰਾ ਜੋ ਫਿਲਮ ਬਣਾਨੇ ਕਾ ਤਰੀਕਾ ਹੋਤਾ ਹੈ ਬੜਾ ਈਜ਼ੀ ਹੋਤਾ ਹੈ, ਬੜਾ ਕੋਆਪਰੇਟਿਵ ਹੋਤਾ ਹੈ, ਤੋ ਕਿਸੀ ਵੀ ਕਲਾਕਾਰ ਕੋ ਹਮ ਆਪਣੀ ਫਿਲਮ ਕੇ ਅੰਦਰ ਦਿੱਕਤ ਮਹਿਸੂਸ ਨਹੀਂ ਹੋਣੇ ਦੇਤੇ, ਕਿਸੀ ਤਰ੍ਹਾਂ ਕੀ ਕੋਈ ਕਮੀ ਨਹੀਂ ਆਨੇ ਦੇਤੇ, ਕੋਈ ਪਰੇਸ਼ਾਨੀ ਨਹੀਂ ਆਨੇ ਦੇਤੇ, ਹਮਾਰੀ ਜੋ ਵਰਕਿੰਗ ਹੈ ਬੜੀ ਈਜ਼ੀ ਹੈ। ਤੋ ਮੈਂ ਚਾਹੂੰਗਾ ਕਿ ਪ੍ਰਾਚੀ ਚੁੱਗ ਜੀ ਵੀ ਆਪਣੇ ਪਹਿਲੇ ਇੰਟਰੋਡਕਸ਼ਨ ਦੇ, ਔਰ ਫਿਰ ਆਪਣੇ ਬਾਰੇ ਮੇਂ ਥੋੜਾ ਸਾ ਬਤਾਏ, ਔਰ ਆਪਕੋ ਕੈਸਾ ਲੱਗ ਰਿਹਾ ਹੈ ਜਬ ਮੈਨੇ ਆਪਕੋ ਫਿਲਮ ਕੇ ਲੀਏ ਰੋਲ ਆਫਰ ਕੀਆ। ਹਾਈ ਗਾਇਸ, ਮਾਈ ਸੈਲਫ ਪ੍ਰਾਚੀ ਚੁੱਗ, ਐਕਟਿੰਗ ਕਾ ਸ਼ੌਂਕ ਬਚਪਨ ਸੇ ਹੀ ਥਾ, ਲੇਕਿਨ ਆਜ ਕਮਲ ਸਰ ਨੇ ਮੁਝੇ ਚਾਂਸ ਦਿਆ ਐਕਟਿੰਗ ਕਾ, ਕੋਸ਼ਿਸ਼ ਰਹੇਗੀ ਕਿ ਇਸ ਚਾਂਸ ਕੋ ਮੈਂ ਪੂਰਾ ਕਰੂੰ ਉਨਕੇ ਲੀਏ, ਉਨਕੇ ਜੋ ਵੀ ਵੋ ਰੋਲ ਹੈ ਉਸਕੋ ਪੂਰੀ ਤਰ੍ਹਾਂ ਸੇ ਨਿਭਾ ਪਾਊਂ। ਔਰ ਜਬ ਯੇ ਇਨ੍ਹੋਂਨੇ ਮੁਝੇ ਬਤਾਇਆ ਕਿ ਇਹ ਸਕ੍ਰਿਪਟ ਹੈ, ਤੋ ਸਕ੍ਰਿਪਟ ਬਹੁਤ ਹੀ ਅੱਛੀ ਹੈ, ਤੋ ਮੈਨੇ ਉਸੇ ਟਾਈਮ ਹਾਂ ਕਰ ਦਿਆ ਕਿ ਮੈਂ ਰੈਡੀ ਹੂੰ ਸਕ੍ਰਿਪਟ ਕੇ ਲੀਏ। ਬਹੁਤ ਬਹੁਤ ਧੰਨਵਾਦ ਪ੍ਰਾਚੀ ਜੀ ਕਾ, ਬਹੁਤ ਹੀ ਜਲਦੀ ਇਨ੍ਹੋਂਨੇ, ਪਲੀਜ਼ ਆਪ ਕਾਫੀ ਲੇਤੇ ਰਹੀਏ, ਠੰਡੀ ਹੋ ਜਾਏਗੀ, ਨਹੀਂ ਤੋ ਮੈਂ ਬਾਤੇ ਕਰੂੰਗਾ ਆਪਣੇ ਸਾਥੀਓ ਸੇ, ਆਪਣੇ ਦੋਸਤੋ ਸੇ। ਤੋ ਜੈਸਾ ਕਿ ਆਪ ਦੇਖ ਰਹੇ ਹੋ, ਪ੍ਰਾਚੀ ਚੁੱਗ ਜੀ ਬਹੁਤ ਹੀ ਬਿਊਟੀਫੁਲ ਗਰਲ ਹੈ, ਔਰ ਬਹੁਤ ਸੁੰਦਰ ਹੈ, ਔਰ ਸਾਥ ਮੇਂ ਇਨਕਾ ਜੋ ਟੈਲੈਂਟ ਆਪ ਦੇਖੇਂਗੇ, ਤੋ
आपको लगेगा कि कमल सर ने इनको लेकर अपनी फिल्म में लेकर कोई गलती नहीं किया और बहुत अच्छा इनका काम रहेगा। तो मैं थोड़ा सा बताना चाहूँगा इस फिल्म के बारे में। हम इतवार को एक प्रेस कॉन्फ्रेंस भी कर रहे हैं, सारे मीडिया को भी बुलाएंगे, होटल लीजम जिसका नाम अब इफिल ग्रांड हो गया है। तो इफिल ग्रांड होटल के जो संचालक हैं मिस्टर संजय चौधरी खुद भी इस फिल्म में एक बड़ा पॉजिटिव सा रोल कर रहे हैं। और इस फिल्म की कहानी कुछ इस तरह के से चलती है कि आज के टाइम में जो दहेज प्रथा चल रही है कि भाई दहेज लेना चाहिए या नहीं लेना चाहिए, इस फिल्म के अंदर हम आपको बताएंगे। दूसरा हम बताएंगे कि लड़कियों को संस्कार कैसे दिए जाएं। कई बार होता है ऐसे है कि माँ बाप लड़कियों को लाड़ लाड़ में बहुत ज़्यादा आगे ले जाते हैं, और जब शादी की जाती है लड़कियों की तो लड़कियां जो है वो ससुराल में उस तरह से नहीं ढल पाती, शायद उसकी उनकी जो महत्वाकांक्षाएँ बहुत ज़्यादा होती हैं। तो इस फिल्म में हम ये समझाने की कोशिश करेंगे अपनी बेटियों से लाड़ तो करो, प्यार भी करो, लेकिन उन्हें ये सिखाओ कि ससुराल में रहना कैसे है। क्योंकि जब ससुराल में रहना आ जाए और जो लड़की माँ बाप को कंप्लेन दिलवाती है तो मेरे ख्याल से वो अच्छी लड़की नहीं है, तो माँ बाप का जो सिर है वो शर्म से झुक जाता है। तो इस फिल्म के अंदर हम ये भी दिखाने की कोशिश करेंगे कि लड़कियों की जब हम शादी करें तो उनको ससुराल में कैसे एडजस्ट होना चाहिए, ये हम जरूर सिखाएं, ऐसा इस फिल्म का मोटो रहेगा। और स्टार्टिंग में आपको ये फिल्म लगती है कि बड़ी सी नेगेटिव होगी क्योंकि हम बार बार दहेज दहेज की बात कर रहे हैं, लेकिन जब इसका आप एंड देखेंगे तो एंड के अंदर आपको पता चलेगा कि ये फिल्म जो है बिल्कुल ही पॉजिटिव हो जाती है और एक समाज के अंदर एक बड़ा पॉजिटिव सा संदेश जाएगा। यदि सभी लोग इस तरह के संदेश को जो हम इस फिल्म के जरिए आपको दिखाएंगे अगर उस पर अमल करने की कोशिश करेंगे या अमल करेंगे तो मेरे ख्याल से ये जो जिंदगी है वो स्वर्ग बन जाएगी। और किसी लड़की को, किसी लड़के को, किसी ससुराल वाले को, किसी लड़की के माँ बाप को किसी तरह की समस्या का सामना नहीं करना पड़ेगा, किसी कंप्लेन को नहीं झेलना पड़ेगा, ऐसा मेरा विश्वास है। तो बड़ी जल्दी हम इस फिल्म की शूटिंग शुरू कर देंगे और बड़ी जल्दी ये शॉर्ट मूवी है, लगभग आधे घंटे की ये फिल्म होगी और ये फिल्म YouTube पर ही दिखाई जाएगी। और इसके साथ साथ हमने ये अभी देखना है कि इस फिल्म को हम और आपके बीच में किस तरह से ला सकते हैं, या आपको इस फिल्म को कैसे हम दिखा सकते हैं, या आपके घर घर तक इस फिल्म को कैसे पहुंचा सकते हैं, ये हम आपको बाद में बताएंगे। फिलहाल आज के लिए इतना ही, और मैं थैंक यू करना चाहूँगा हिमांशु चुग जी का जो हमारे बीच में आए हैं, और प्राची जी का जो हमारे बीच में आई हैं, और बहुत अच्छे ये लोग हैं, बहुत अच्छे कलाकार हैं, और आप सब लोगों को गुदगुदाएंगे। नमस्कार।